ਕੁਝ ਬਦਮਾਸ਼ਾਂ ਦੇ ਵੱਲੋਂ ਹੈੱਡ ਕਾਂਸਟੇਬਲ ਤੇ ਜਾਨਲੇਵਾ ਹਮਲਾ ਕੀਤਾ ਗਿਆ। ਤੇਜ਼ਧਾਰ ਹਥਿਆਰਾਂ ਦੇ ਨਾਲ ਲਹੂ ਲੁਹਾਨ ਕੀਤਾ। ਇਸ ਮੌਕੇ ਬਦਮਾਸ਼ ਹੈੱਡ ਕਾਂਸਟੇਬਲ ਦੀ ਪਿਸਤੌਲ ਵੀ ਲੁੱਟ ਕੇ ਲੈ ਗਏ। ਹੈੱਡ ਕਾਂਸਟੇਬਲ ਸਤਨਾਮ ਸਿੰਘ ਦੇ ਸਿਰ ਤੇ 100 ਤੋਂ ਵੱਧ ਟਾਂਕੇ ਲੱਗੇ ਨੇ। ਇਨੋਵਾ ਕਾਰ ਅਣਪਛਾਤਿਆਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੱਸਦੇ ਕਿ ਮੋਗਾ ਦੇ ਧਰਮਕੋਟ ਥਾਣੇ ਦੇ ਅਧੀਨ ਪੈਂਦੀ ਚੌਂਕੀ ਕਮਾਲ ਪੁਲਿਸ ਚੌਂਕੀ ਦੇ ਵਿੱਚ ਇਹ ਹੈੱਡ ਕਾਂਸਟੇਬਲ ਤੈਨਾਤ ਸੀ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਸਤਨਾਮ ਸਿੰਘ ਆਪਣੀ ਕਾਰ ਤੋਂ ਪੁਲਿਸ ਚੌਂਕੀ ਆ ਰਿਹਾ ਸੀ। ਇਸ ਦੌਰਾਨ ਲੋਹਾਰਾ ਨਹਿਰ ਨੇੜੇ ਗੱਡੀ ਦਾ ਟਾਇਰ ਪੈਂਚਰ ਹੋ ਗਿਆ। ਟਾਇਰ ਬਦਲਣ ਮੌਕੇ ਪਿੱਛੋਂ ਆਏ ਇਨੋਵਾ ਕਾਰ ਬਦਮਾਸ਼ਾਂ ਨੇ ਇੱਕਦਮ ਹਮਲਾ ਕਰ ਦਿੱਤਾ ਤੇ ਉਸਦੀ ਪਿਸਤੌਲ ਤੇ ਫੋਨ ਲੈ ਕੇ ਫਰਾਰ ਹੋ ਗਏ। ਦੱਸਦੀਏ ਕਿ 9 mm ਦੀ ਪਿਸਤੌਲ ਅਤੇ ਮੋਬਾਈਲ ਫੋਨ ਲੁੱਟ ਕੇ ਲੁਟੇਰੇ ਇੱਥੋਂ ਫਰਾਰ ਹੋ ਗਏ। ਹੈੱਡ ਕਾਂਸਟੇਬਲ ਦੀ ਗੱਡੀ ਦਾ ਟਾਇਰ ਪੈਂਚਰ ਹੋਇਆ ਤਾਂ ਇੰਨੇ ਨੂੰ ਇਨੋਵਾ ਕਾਰ ਦੇ ਵਿੱਚ ਸਵਾਰ ਕੁਝ ਬਦਮਾਸ਼ ਆਏ ਜਿਨ੍ਹਾਂ ਨੇ ਇੱਕਦਮ ਹਮਲਾ ਕੀਤਾ। 9 mm ਦੀ ਪਿਸਤੌਲ ਜੋ ਸਰਕਾਰੀ ਸੀ ਔਰ ਨਾਲ ਹੀ ਮੋਬਾਈਲ ਫੋਨ ਇਹ ਲੁੱਟ ਕੇ ਲੈ ਗਏ। ਦੱਸਦੀਏ ਕਿ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਸਿਰ ਉੱਤੇ ਹੈੱਡ ਕਾਂਸਟੇਬਲ ਸਤਨਾਮ ਸਿੰਘ ਦੇ 100 ਤੋਂ ਵੱਧ ਟਾਂਕੇ ਲੱਗੇ ਨੇ। ਇਨੋਵਾ ਸਵਾਰ ਅਣਪਛਾਤਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸਦੇ ਕਿ ਧਰਮਕੋਟ ਦੇ ਅਧੀਨ ਕਮਾਲ ਪੁਲਿਸ ਚੌਂਕੀ ਦੇ ਵਿੱਚ ਇਹ ਹੈੱਡ ਕਾਂਸਟੇਬਲ ਤੈਨਾਤ ਸੀ। ਕੁਝ ਬਦਮਾਸ਼ਾਂ ਦੇ ਵੱਲੋਂ ਹੈੱਡ ਕਾਂਸਟੇਬਲ ਤੇ ਜਾਨਲੇਵਾ ਹਮਲਾ ਕੀਤਾ ਗਿਆ। ਤੇਜ਼ਧਾਰ ਹਥਿਆਰਾਂ ਦੇ ਨਾਲ ਲਹੂ ਲੁਹਾਨ ਕੀਤਾ। ਇਸ ਮੌਕੇ ਬਦਮਾਸ਼ ਹੈੱਡ ਕਾਂਸਟੇਬਲ ਦੀ ਪਿਸਤੌਲ ਵੀ ਲੁੱਟ ਕੇ ਲੈ ਗਏ। ਹੈੱਡ ਕਾਂਸਟੇਬਲ ਸਤਨਾਮ ਸਿੰਘ ਦੇ ਸਿਰ ਤੇ 100 ਤੋਂ ਵੱਧ ਟਾਂਕੇ ਲੱਗੇ ਨੇ। ਇਨੋਵਾ ਕਾਰ ਅਣਪਛਾਤਿਆਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੱਸਦੇ ਕਿ ਮੋਗਾ ਦੇ ਧਰਮਕੋਟ ਥਾਣੇ ਦੇ ਅਧੀਨ ਪੈਂਦੀ ਚੌਂਕੀ ਕਮਾਲ ਪੁਲਿਸ ਚੌਂਕੀ ਦੇ ਵਿੱਚ ਇਹ ਹੈੱਡ ਕਾਂਸਟੇਬਲ ਤੈਨਾਤ ਸੀ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਸਤਨਾਮ ਸਿੰਘ ਆਪਣੀ ਕਾਰ ਤੋਂ ਪੁਲਿਸ ਚੌਂਕੀ ਆ ਰਿਹਾ ਸੀ। ਇਸ ਦੌਰਾਨ ਲੋਹਾਰਾ ਨਹਿਰ ਨੇੜੇ ਗੱਡੀ ਦਾ ਟਾਇਰ ਪੈਂਚਰ ਹੋ ਗਿਆ। ਟਾਇਰ ਬਦਲਣ ਮੌਕੇ ਪਿੱਛੋਂ ਆਏ ਇਨੋਵਾ ਕਾਰ ਬਦਮਾਸ਼ਾਂ ਨੇ ਇੱਕਦਮ ਹਮਲਾ ਕਰ ਦਿੱਤਾ ਤੇ ਉਸਦੀ ਪਿਸਤੌਲ ਤੇ ਫੋਨ ਲੈ ਕੇ ਫਰਾਰ ਹੋ ਗਏ। ਦੱਸਦੀਏ ਕਿ 9 mm ਦੀ ਪਿਸਤੌਲ ਅਤੇ ਮੋਬਾਈਲ ਫੋਨ ਲੁੱਟ ਕੇ ਲੁਟੇਰੇ ਇੱਥੋਂ ਫਰਾਰ ਹੋ ਗਏ। ਹੈੱਡ ਕਾਂਸਟੇਬਲ ਦੀ ਗੱਡੀ ਦਾ ਟਾਇਰ ਪੈਂਚਰ ਹੋਇਆ ਤਾਂ ਇੰਨੇ ਨੂੰ ਇਨੋਵਾ ਕਾਰ ਦੇ ਵਿੱਚ ਸਵਾਰ ਕੁਝ ਬਦਮਾਸ਼ ਆਏ ਜਿਨ੍ਹਾਂ ਨੇ ਇੱਕਦਮ ਹਮਲਾ ਕੀਤਾ। 9 mm ਦੀ ਪਿਸਤੌਲ ਜੋ ਸਰਕਾਰੀ ਸੀ ਔਰ ਨਾਲ ਹੀ ਮੋਬਾਈਲ ਫੋਨ ਇਹ ਲੁੱਟ ਕੇ ਲੈ ਗਏ। ਦੱਸਦੀਏ ਕਿ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਸਿਰ ਉੱਤੇ ਹੈੱਡ ਕਾਂਸਟੇਬਲ ਸਤਨਾਮ ਸਿੰਘ ਦੇ 100 ਤੋਂ ਵੱਧ ਟਾਂਕੇ ਲੱਗੇ ਨੇ। ਇਨੋਵਾ ਸਵਾਰ ਅਣਪਛਾਤਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸਦੇ ਕਿ ਧਰਮਕੋਟ ਦੇ ਅਧੀਨ ਕਮਾਲ ਪੁਲਿਸ ਚੌਂਕੀ ਦੇ ਵਿੱਚ ਇਹ ਹੈੱਡ ਕਾਂਸਟੇਬਲ ਤੈਨਾਤ ਸੀ।